ਤੇ ਅਸੀਂ ਉਹਨਾਂ ਨਾਲ ਵਾਅਦਾ ਕੀਤਾ ਸੀ ਕਿ ਅਸੀਂ ਇਹ ਸਾਰੇ ਓਲਡ ਪੈਨਸ਼ਨ ਸਕੀਮ ਦੇ ਸਿਸਟਮ ਨੂੰ ਅਤੇ ਨਿਊ ਪੈਨਸ਼ਨ ਸਿਸਟਮ ਜਿਹੜਾ ਹੈਗਾ 2004 ਤੋਂ ਲਾਗੂ ਹੈ ਇਹਨੂੰ ਰਿਵਿਊ ਕਰਾਂਗੇ ਅਤੇ ਉਸ ਤੋਂ ਬਾਅਦ ਅਸੀਂ ਫੈਸਲਾ ਲਵਾਂਗੇ। ਅਤੇ ਮੈਂ ਅੱਜ ਪੰਜਾਬ ਦੇ ਸਾਰੇ ਮੁਲਾਜ਼ਮਾਂ ਨੂੰ ਇਹ ਖੁਸ਼ਖਬਰੀ ਦੇ ਰਿਹਾ ਕਿ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਕਿ ਦੀਵਾਲੀ ਦੇ ਤੋਹਫੇ ਦੇ ਤੌਰ 'ਤੇ ਅਸੀਂ ਪੰਜਾਬ ਦੇ ਵਿੱਚ ਓਲਡ ਪੈਨਸ਼ਨ ਸਕੀਮ ਲਾਗੂ ਕਰ ਰਹੇ ਹਾਂ। ਇਹਦਾ ਸਿਧਾਂਤਕ ਤੌਰ 'ਤੇ ਅੱਜ ਕੈਬਨਿਟ ਦੇ ਵਿੱਚ ਫੈਸਲਾ ਹੋ ਗਿਆ। ਬਾਕੀ ਜਿਹੜੇ ਵੇਰਵੇ ਨੇ ਉਹ ਸਾਰੇ ਬਾਅਦ ਦੇ ਵਿੱਚ ਤੁਹਾਨੂੰ ਦੱਸ ਦਿੱਤੇ ਜਾਣਗੇ। ਇਹਦੇ ਨਾਲ ਲੱਖਾਂ ਮੁਲਾਜ਼ਮਾਂ ਨੂੰ ਫਾਇਦਾ ਹੋਊਗਾ ਜਿਨ੍ਹਾਂ ਨੇ ਕੰਮ ਕੀਤਾ, ਰਿਟਾਇਰ ਹੋਏ, ਪਰ ਉਹ ਤੋਂ ਬਾਅਦ ਵੀ ਉਹਨਾਂ ਨੂੰ ਇਹ ਪਤਾ ਨਹੀਂ ਹੈਗਾ ਕਿ ਉਹਨਾਂ ਨੂੰ ਜ਼ਿੰਦਗੀ ਜਿਉਣ ਲਈ ਉਹਨਾਂ ਦੇ ਕੰਮ 'ਚੋਂ ਜਿਹੜੀ ਪੈਨਸ਼ਨ ਮਿਲਣੀ ਸੀ ਉਹ ਮਿਲੂਗੀ ਜਾਂ ਨਹੀਂ ਮਿਲੂਗੀ, ਜੋ ਕਿ 2004 ਦੇ ਵਿੱਚ ਨਿਊ ਪੈਨਸ਼ਨ ਸਕੀਮ ਲਾਗੂ ਕਰ ਦਿੱਤੀ ਗਈ ਸੀ। ਤੋ ਅਸੀਂ ਪੰਜਾਬ ਨੂੰ, ਸਾਡੇ ਸੂਬੇ ਨੂੰ ਅਸੀਂ ਹੁਣ ਓਲਡ ਪੈਨਸ਼ਨ ਸਕੀਮ ਦੇ ਅੰਡਰ ਲੈ ਕੇ ਆ ਰਹੇ ਹਾਂ। ਮੈਂ ਸਾਰੇ ਮੁਲਾਜ਼ਮਾਂ ਨੂੰ ਦੀਵਾਲੀ ਦੀਆਂ ਬਹੁਤ ਬਹੁਤ ਵਧਾਈਆਂ ਦਿੰਦਾ ਅਤੇ ਨਾਲ ਨਾਲ ਜਿਹੜੀ ਉਹਨਾਂ ਦੀ ਇਹ ਮੰਗ ਓਲਡ ਪੈਨਸ਼ਨ ਸਕੀਮ ਵਾਲੀ ਹੈ ਅਸੀਂ ਲਾਗੂ ਕਰ ਦਿੱਤੀ ਹੈ। ਅਰਵਿੰਦ ਕੇਜਰੀਵਾਲ ਜੀ ਨੇ ਸਾਨੂੰ ਇਹੀ ਕਿਹਾ ਹੋਇਆ, ਜੋ ਕਹਿਣਾ ਉਹ ਕਰਨਾ, ਜੋ ਨਹੀਂ ਕਰ ਸਕਦੇ ਉਹ ਕਹਿਣਾ ਨਹੀਂ। ਅਤੇ ਇੱਕ ਮੁਲਾਜ਼ਮਾਂ ਦੀ ਹੋਰ ਵੱਡੀ ਮੰਗ, ਉਹ ਵੀ ਅੱਜ ਲਾਗੂ ਕਰ ਦਿੱਤੀ ਗਈ ਹੈ। 6% DA ਜਿਹੜਾ ਪੰਜਾਬ ਦੇ ਮੁਲਾਜ਼ਮਾਂ ਨੂੰ ਉਹ ਲਾਗੂ ਕਰ ਦਿੱਤਾ ਜਾਊਗਾ। 6% DA ਜਿਹੜਾ ਭੱਤਾ ਉਹ ਉਹਨਾਂ ਦਾ ਜਾਰੀ ਕਰ ਦਿੱਤਾ ਜਾਊਗਾ। ਅੱਜ ਕੈਬਨਿਟ ਦੇ ਵਿੱਚ ਇਹ ਫੈਸਲਾ ਹੋ ਗਿਆ। ਸੋ ਦੀਵਾਲੀ ਦੇ 2-2 ਤੋਹਫੇ ਮੁਲਾਜ਼ਮਾਂ ਨੂੰ ਨੇ, ਔਰ ਮੈਨੂੰ ਉਮੀਦ ਹੈ ਕਿ ਜਿਹੜੇ ਜਿਹੜੇ ਵੀ ਮਹਿਕਮੇ ਦੇ ਵਿੱਚ ਇਹ ਮੁਲਾਜ਼ਮ ਕੰਮ ਕਰਦੇ ਨੇ, ਜਿਨ੍ਹਾਂ ਨੂੰ ਡਾਇਰੈਕਟ ਇਨਡਾਇਰੈਕਟ ਫਾਇਦਾ ਹੋਣਾ, ਉਹ ਪੰਜਾਬ ਦੀ ਤਰੱਕੀ ਲਈ ਇਮਾਨਦਾਰੀ ਨਾਲ, ਦਿਆਨਤਦਾਰੀ ਨਾਲ ਅਤੇ ਸੱਚੇ ਮਨ ਨਾਲ ਸੇਵਾ ਕਰਦੇ ਰਹਿਣਗੇ। ਅਤੇ ਅਸੀਂ ਜੋ ਵਾਅਦੇ ਕਰ ਰਹੇ ਹਾਂ ਉਹ ਨਿਭਾ ਰਹੇ ਹਾਂ, ਅਸੀਂ ਜੋ ਕਹਿ ਰਹੇ ਹਾਂ ਉਹ ਕਰ ਰਹੇ ਹਾਂ। ਮੈਂ ਇੱਕ ਵਾਰੀ ਫਿਰ ਸਾਰਿਆਂ ਨੂੰ ਦੀਵਾਲੀ ਦੀਆਂ ਬਹੁਤ ਬਹੁਤ ਵਧਾਈਆਂ ਦਿੰਦਾ। ਮੈਂ ਦੁਆ ਕਰਦਾ, ਅਰਦਾਸ ਕਰਦਾ ਕਿ ਦੀਵਾਲੀ ਦਾ ਇੱਕ ਇੱਕ ਦੀਵਾ ਹਰ ਘਰ ਦੇ ਵਿੱਚ ਤੰਦਰੁਸਤੀ ਅਤੇ ਤਰੱਕੀ ਦਾ ਚਾਨਣ ਕਰੇ। ਬਹੁਤ ਬਹੁਤ ਮਿਹਰਬਾਨੀ। ਇਨਕਲਾਬ ਜ਼ਿੰਦਾਬਾਦ। ਅਤੇ ਅਸੀਂ ਉਹਨਾਂ ਨਾਲ ਵਾਅਦਾ ਕੀਤਾ ਸੀ ਕਿ ਅਸੀਂ ਇਹ ਸਾਰੇ ਓਲਡ ਪੈਨਸ਼ਨ ਸਕੀਮ ਦੇ ਸਿਸਟਮ ਨੂੰ ਅਤੇ ਨਿਊ ਪੈਨਸ਼ਨ ਸਿਸਟਮ ਜਿਹੜਾ ਹੈਗਾ 2004 ਤੋਂ ਲਾਗੂ ਹੈ ਇਹਨੂੰ ਰਿਵਿਊ ਕਰਾਂਗੇ ਅਤੇ ਉਸ ਤੋਂ ਬਾਅਦ ਅਸੀਂ ਫੈਸਲਾ ਲਵਾਂਗੇ। ਅਤੇ ਮੈਂ ਅੱਜ ਪੰਜਾਬ ਦੇ ਸਾਰੇ ਮੁਲਾਜ਼ਮਾਂ ਨੂੰ ਇਹ ਖੁਸ਼ਖਬਰੀ ਦੇ ਰਿਹਾ ਕਿ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਕਿ ਦੀਵਾਲੀ ਦੇ ਤੋਹਫੇ ਦੇ ਤੌਰ 'ਤੇ ਅਸੀਂ ਪੰਜਾਬ ਦੇ ਵਿੱਚ ਓਲਡ ਪੈਨਸ਼ਨ ਸਕੀਮ ਲਾਗੂ ਕਰ ਰਹੇ ਹਾਂ। ਇਹਦਾ ਸਿਧਾਂਤਕ ਤੌਰ 'ਤੇ ਅੱਜ ਕੈਬਨਿਟ ਦੇ ਵਿੱਚ ਫੈਸਲਾ ਹੋ ਗਿਆ। ਬਾਕੀ ਜਿਹੜੇ ਵੇਰਵੇ ਨੇ ਉਹ ਸਾਰੇ ਬਾਅਦ ਦੇ ਵਿੱਚ ਤੁਹਾਨੂੰ ਦੱਸ ਦਿੱਤੇ ਜਾਣਗੇ। ਇਹਦੇ ਨਾਲ ਲੱਖਾਂ ਮੁਲਾਜ਼ਮਾਂ ਨੂੰ ਫਾਇਦਾ ਹੋਊਗਾ ਜਿਨ੍ਹਾਂ ਨੇ ਕੰਮ ਕੀਤਾ, ਰਿਟਾਇਰ ਹੋਏ, ਪਰ ਉਹ ਤੋਂ ਬਾਅਦ ਵੀ ਉਹਨਾਂ ਨੂੰ ਇਹ ਪਤਾ ਨਹੀਂ ਹੈਗਾ ਕਿ ਉਹਨਾਂ ਨੂੰ ਜ਼ਿੰਦਗੀ ਜਿਉਣ ਲਈ ਉਹਨਾਂ ਦੇ ਕੰਮ 'ਚੋਂ ਜਿਹੜੀ ਪੈਨਸ਼ਨ ਮਿਲਣੀ ਸੀ ਉਹ ਮਿਲੂਗੀ ਜਾਂ ਨਹੀਂ ਮਿਲੂਗੀ, ਜੋ ਕਿ 2004 ਦੇ ਵਿੱਚ ਨਿਊ ਪੈਨਸ਼ਨ ਸਕੀਮ ਲਾਗੂ ਕਰ ਦਿੱਤੀ ਗਈ ਸੀ। ਤੋ ਅਸੀਂ ਪੰਜਾਬ ਨੂੰ, ਸਾਡੇ ਸੂਬੇ ਨੂੰ ਅਸੀਂ ਹੁਣ ਓਲਡ ਪੈਨਸ਼ਨ ਸਕੀਮ ਦੇ ਅੰਡਰ ਲੈ ਕੇ ਆ ਰਹੇ ਹਾਂ। ਮੈਂ ਸਾਰੇ ਮੁਲਾਜ਼ਮਾਂ ਨੂੰ ਦੀਵਾਲੀ ਦੀਆਂ ਬਹੁਤ ਬਹੁਤ ਵਧਾਈਆਂ ਦਿੰਦਾ ਅਤੇ ਨਾਲ ਨਾਲ ਜਿਹੜੀ ਉਹਨਾਂ ਦੀ ਇਹ ਮੰਗ ਓਲਡ ਪੈਨਸ਼ਨ ਸਕੀਮ ਵਾਲੀ ਹੈ ਅਸੀਂ ਲਾਗੂ ਕਰ ਦਿੱਤੀ ਹੈ। ਅਰਵਿੰਦ ਕੇਜਰੀਵਾਲ ਜੀ ਨੇ ਸਾਨੂੰ ਇਹੀ ਕਿਹਾ ਹੋਇਆ, ਜੋ ਕਹਿਣਾ ਉਹ ਕਰਨਾ, ਜੋ ਨਹੀਂ ਕਰ ਸਕਦੇ ਉਹ ਕਹਿਣਾ ਨਹੀਂ। ਅਤੇ ਇੱਕ ਮੁਲਾਜ਼ਮਾਂ ਦੀ ਹੋਰ ਵੱਡੀ ਮੰਗ, ਉਹ ਵੀ ਅੱਜ ਲਾਗੂ ਕਰ ਦਿੱਤੀ ਗਈ ਹੈ। 6% DA ਜਿਹੜਾ ਪੰਜਾਬ ਦੇ ਮੁਲਾਜ਼ਮਾਂ ਨੂੰ ਉਹ ਲਾਗੂ ਕਰ ਦਿੱਤਾ ਜਾਊਗਾ। 6% DA ਜਿਹੜਾ ਭੱਤਾ ਉਹ ਉਹਨਾਂ ਦਾ ਜਾਰੀ ਕਰ ਦਿੱਤਾ ਜਾਊਗਾ। ਅੱਜ ਕੈਬਨਿਟ ਦੇ ਵਿੱਚ ਇਹ ਫੈਸਲਾ ਹੋ ਗਿਆ। ਸੋ ਦੀਵਾਲੀ ਦੇ 2-2 ਤੋਹਫੇ ਮੁਲਾਜ਼ਮਾਂ ਨੂੰ ਨੇ, ਔਰ ਮੈਨੂੰ ਉਮੀਦ ਹੈ ਕਿ ਜਿਹੜੇ ਜਿਹੜੇ ਵੀ ਮਹਿਕਮੇ ਦੇ ਵਿੱਚ ਇਹ ਮੁਲਾਜ਼ਮ ਕੰਮ ਕਰਦੇ ਨੇ, ਜਿਨ੍ਹਾਂ ਨੂੰ ਡਾਇਰੈਕਟ ਇਨਡਾਇਰੈਕਟ ਫਾਇਦਾ ਹੋਣਾ, ਉਹ ਪੰਜਾਬ ਦੀ ਤਰੱਕੀ ਲਈ ਇਮਾਨਦਾਰੀ ਨਾਲ, ਦਿਆਨਤਦਾਰੀ ਨਾਲ ਅਤੇ ਸੱਚੇ ਮਨ ਨਾਲ ਸੇਵਾ ਕਰਦੇ ਰਹਿਣਗੇ। ਅਤੇ ਅਸੀਂ ਜੋ ਵਾਅਦੇ ਕਰ ਰਹੇ ਹਾਂ ਉਹ ਨਿਭਾ ਰਹੇ ਹਾਂ, ਅਸੀਂ ਜੋ ਕਹਿ ਰਹੇ ਹਾਂ ਉਹ ਕਰ ਰਹੇ ਹਾਂ। ਮੈਂ ਇੱਕ ਵਾਰੀ ਫਿਰ ਸਾਰਿਆਂ ਨੂੰ ਦੀਵਾਲੀ ਦੀਆਂ ਬਹੁਤ ਬਹੁਤ ਵਧਾਈਆਂ ਦਿੰਦਾ। ਮੈਂ ਦੁਆ ਕਰਦਾ, ਅਰਦਾਸ ਕਰਦਾ ਕਿ ਦੀਵਾਲੀ ਦਾ ਇੱਕ ਇੱਕ ਦੀਵਾ ਹਰ ਘਰ ਦੇ ਵਿੱਚ ਤੰਦਰੁਸਤੀ ਅਤੇ ਤਰੱਕੀ ਦਾ ਚਾਨਣ ਕਰੇ। ਬਹੁਤ ਬਹੁਤ ਮਿਹਰਬਾਨੀ।
इनकलाब जिंदाबाद।